ਉੱਤਰੀ ਭਾਰਤ ਦਾ ਪਹਿਲਾ ਬਠਿੰਡਾ ਕਾਈਟ ਫੈਸਟੀਵਲ ਐਂਡ ਫੇਟ 2019 ਲੰਘੇ ਦਿਨ ਪੂਰੇ ਜਾਹੋ ਜਲਾਲ ਨਾਲ ਸੰਪੰਨ ਹੋ ਗਿਆ। 2 ਦਿਨਾਂ ਤੱਕ ਚੱਲੇ ਇਸ ਮੇਲੇ ਦੇ ਆਖਰੀ ਦਿਨ ਦਿੱਲੀ ਦੇ ਪ੍ਰਸਿੱਧ ਬੈਂਡ ਰੌਣਕ ਅਤੇ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਕੌਮਾਂਤਰੀ ਪੱਧਰ ਦੇ ਕਲਾਕਾਰਾਂ ਦੇ ਵੱਡ ਅਕਾਰੀ ਅਤੇ ਵਿਲੱਖਣ ਪਤੰਗਾਂ ਨੇ ਬਠਿੰਡਾ ਵਾਸੀਆਂ ਨੂੰ ਨਜ਼ਰਾਂ ਅਸਮਾਨ ਵੱਲ ਰੱਖਣ ਲਈ ਮਜਬੂਰ ਕਰ ਦਿੱਤਾ। ਮੇਲੇ ਵਿੱਚ ਪਹੁੰਚੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਤੰਗਬਾਜ਼ੀ ਅਤੇ ਮਾਸਟਰ ਸ਼ੈਫ ਬਠਿੰਡਾ ਦੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਪਤੰਗਬਾਜ਼ੀ ਦਾ ਨਜ਼ਾਰਾ ਲਿਆ। ਉੱਥੇ ਹੀ ਇਸ ਮੌਕੇ ਉਨ੍ਹਾਂ ਨੇ ਮਹੰਤ ਗੁਰਬੰਤਾ ਦਾਸ ਡੈਫ ਐਂਡ ਡੰਬ ਸਕੂਲ ਦੇ ਬੱਚਿਆਂ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੇਲੇ ਸੰਬੰਧੀ ਗੱਲਬਾਤ ਕਰਦਿਆਂ ਮੁਕਾਬਲੇਬਾਜ਼ਾਂ ਅਤੇ ਦਰਸ਼ਕਾਂ ਨੇ ਕਿਹਾ, ਔਰ ਮੈਂ ਅਹਿਮਦਾਬਾਦ ਕੇ ਇਲਾਵਾ ਇੰਡੀਆ ਮੇਂ ਅਲਗ ਅਲਗ ਸਟੇਟ ਮੇਂ ਅਲਗ ਅਲਗ ਸਿਟੀਜ਼ ਮੇਂ ਔਰ ਇੰਡੀਆ ਬਾਹਰ 15 ਕੰਟਰੀ ਮੇਂ ਕਾਈਟ ਫਲਾਇੰਗ ਕਰ ਚੁੱਕਾ ਹੂੰ ਔਰ ਕਾਮਨਵੈਲਥ ਗੇਮਸ ਮੇਂ ਵੀ ਕਲਚਰਲ ਪ੍ਰੋਗਰਾਮ ਮੇਂ ਇੰਡੀਆ ਕੋ ਰਿਪ੍ਰੈਜੈਂਟ ਕਰ ਚੁੱਕਾ ਹੂੰ ਔਰ ਜਸਟ ਨਾਓ ਲਾਸਟ ਈਅਰ ਮੈਂ ਔਰ ਪ੍ਰਾਈਮ ਮਿਨਿਸਟਰ ਕਾ ਇੱਕ ਡੈਲੀਗੇਸ਼ਨ ਇੰਡੋਨੇਸ਼ੀਆ ਗਿਆ ਤਾਂ ਉਸਕਾ ਵੀ ਪਾਰਟ ਰਹਿ ਚੁੱਕਾ ਹੂੰ। ਵਹਾਂ ਪੇ ਮਹਾਭਾਰਤ ਔਰ ਰਾਮਾਇਣ ਕੀ ਥੀਮ ਪਰ ਇੱਕ ਕਾਈਟ ਐਗਜ਼ੀਬਿਸ਼ਨ ਲਗਾ ਥਾ ਜਹਾਂ ਪੇ ਇੰਡੋਨੇਸ਼ੀਅਨ ਪ੍ਰੈਸੀਡੈਂਟ ਔਰ ਇੰਡੀਅਨ ਪ੍ਰਾਈਮ ਮਿਨਿਸਟਰ ਦੋਨੋਂ ਕੋ ਉਸ ਐਗਜ਼ੀਬਿਸ਼ਨ ਕਾ ਵਿਜ਼ਿਟ ਕੀਆ ਥਾ, ਮੈਂ ਵੀ ਉਸਕਾ ਪਾਰਟ ਥਾ। ਅੱਜ ਜਿਹੜਾ ਇਹ ਸਟੇਡੀਅਮ 'ਚ 2 ਦਿਨਾਂ ਦਾ ਫੰਕਸ਼ਨ ਚੱਲਿਆ ਐਡਮਿਨਿਸਟ੍ਰੇਸ਼ਨ ਦੀ ਤਰਫ ਦਾ, ਬਹੁਤ ਵਧੀਆ ਉਪਰਾਲਾ। ਇੱਥੇ ਮਤਲਬ ਟੈਲੈਂਟ, ਉਹ ਟੈਲੈਂਟ ਆਇਆ ਸਟੇਜ 'ਤੇ ਜਿਹੜੇ ਮਤਲਬ ਹਰ ਬੱਚੇ ਨੂੰ ਮੌਕਾ ਮਿਲਿਆ। ਇਸ ਤਰ੍ਹਾਂ ਦਾ ਪਲੇਟਫਾਰਮ ਹੈ ਜਿਵੇਂ ਲੇਡੀਜ਼ ਨੂੰ ਵੀ ਰੈਂਪ ਵਾਕ ਹੋਇਆ, ਕਾਈਟਸ ਫਲਾਇੰਗ, ਲੇਡੀਜ਼ ਦਾ ਕੁੱਕਰੀ ਸ਼ੋ ਵੀ ਹੋਇਆ, ਉਹਨਾਂ 'ਚ ਵੀ ਫਸਟ ਸੈਕਿੰਡ ਕੱਢੇ ਆ। ਮਤਲਬ ਬਹੁਤ ਅੱਛਾ ਇਹ ਐਡਮਿਨਿਸਟ੍ਰੇਸ਼ਨ ਦਾ ਉਪਰਾਲਾ ਹੈਗਾ। ਇਸ ਤਰ੍ਹਾਂ ਦਾ ਮੈਂ ਕਹਿੰਦੀ ਹਰ ਸਾਲ ਹੋਣਾ ਚਾਹੀਦਾ। ਅਤੇ ਇਹ ਬਹੁਤ ਹੀ ਕਲਰਫੁੱਲ ਫੈਸਟੀਵਲ ਹੈ ਜੋ ਬਸੰਤ ਇੱਥੇ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਬਠਿੰਡਾ ਤੋਂ ਅਜੀਤ ਵੈੱਬ ਟੀਵੀ ਲਈ ਨਾਇਬ ਸਿੱਧੂ ਦੀ ਰਿਪੋਰਟ।